ਖੇੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਵਿਆਹੀ ਹੋਈ ਹੈ ਤੇ ਪਹਿਲਾਂ ਵੀ ਦੋ ਤਿੰਨ ਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ। ਇਹਨੇ ਕੁੜੀ ਕੁੱਟਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੇ ਸੀਗੇ ਪਹਿਲਾਂ ਤੋਂ ਆਪਣੇ ਤੋਂ। ਦੋ ਤਿੰਨ ਵਾਰੀ ਆਪਾਂ ਭੇਜੀ ਨਹੀਂ ਹੈਗੀ ਕੁੜੀ, ਰਿਸ਼ਤੇਦਾਰਾਂ ਦਾ ਇਕੱਠ ਕਰਕੇ ਫੇਰ ਲੈ ਜਾਂਦੇ ਸੀਗੇ। ਤੇ ਪਹਿਲਾਂ ਇਹ ਆ ਕਿ ਇੱਕ ਵਾਰੀ ਰਾਤ ਨੂੰ 1:30 ਵਜੇ ਉਦੋਂ ਵੀ ਦਰਵਾਜੇ ਦਰੂਜੇ ਭੰਨ ਗਿਆ, ਮਾਰ ਮੂਰ ਨੂੰ ਲੱਗਿਆ, ਅਸੀਂ ਚਲੋ ਆਪਣੇ ਦਰਵਾਜੇ ਬੰਦ ਕਰ ਲਏ ਅੱਗੇ ਅਗਲੇ 2-4 ਵੱਜੀਆਂ ਜੋ ਵੀ, ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀਗੀ ਪਹਿਲਾਂ ਹੀ 112 ਤੇ, ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ। ਇਸ ਵਾਰੀ ਇਹ ਘਰੇ ਆ ਕੇ, ਮੈਂ ਥੋੜ੍ਹਾ ਜਿਹਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ, ਇਹਨੇ ਮਾਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ, ਜਦ ਨੂੰ ਮੈਂ ਸਾਹਮਣੇ ਆਇਆ ਇਹਨਾਂ ਨੂੰ ਗੋਲੀਆਂ ਚੱਲ ਰਹੀਆਂ ਸੀਗੀਆਂ, ਇਹ ਗੋਲੀਆਂ ਮਾਰਦਾ ਘਰੋਂ ਭੱਜ ਲਿਆ। ਗਵਾਂਢੀ ਉੱਥੇ ਸਾਰੇ ਗਵਾਹ ਨੇ, ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ, ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ, ਮਾਤਾ ਦੇ ਵੀ ਪੱਟ 'ਚ ਲੱਗੀ ਆ, ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ, ਇੱਕ ਹੋਰ ਮੁੰਡੇ ਦੇ ਲੱਤ 'ਚ ਗੋਲੀ ਲੱਗੀ। ਇਹ ਆਪਣੀ ਸਿਫਾਰਿਸ਼ਾਂ ਸਪੁਰਸ਼ਾਂ ਪਵਾ ਕੇ ਬਿਜਲੀ ਵਾਰੀ ਵੀ ਹਰੇਕ ਵਾਰੀ ਪੁਲਿਸ ਨੂੰ ਦੱਬ ਜਾਂਦਾ ਜੀ, ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ, ਅਸੀਂ ਆਪਣੀ ਕੁੜੀ ਦਾ ਖਿਹੜਾ ਚੜਾਉਣਾ ਇਹਦੇ ਤੋਂ। ਇਹਨੇ ਘਰ ਤੇ ਆ ਕੇ 2 ਵਾਰ ਫੜ ਕੇ ਹਮਲਾ ਕਰੀ, ਇਸ ਵਾਰੀ ਵੀ ਗੋਲੀਆਂ ਚਲਾਈਆਂ।